ਆਹ ਦੇਖੋ ਜੀ, ਆਹ ਜੀ ਟੀ ਰੋਡ ਦੇ ਸਾਹਮਣੇ ਡੀ ਸੀ ਦਫ਼ਤਰ ਸਾਹਮਣੇ ਐਕਸੀਡੈਂਟ ਹੋ ਗਿਆ। ਆਹ ਜਿਹਦੇ ਧਰਨਾ ਲੱਗਿਆ ਹੋਇਆ ਸੀ ਉੱਥੇ ਟਰਾਲੀ ਦਾ ਅਤੇ ਕਾਰ ਦਾ ਐਕਸੀਡੈਂਟ ਹੋ ਗਿਆ, ਬੰਦੇ ਦੇ ਖੂਨ ਨਿਕਲ ਰਿਹਾ। ਅਤੇ ਬੇਨਤੀ ਹੈ ਮਹਾਰਾਜ, ਆਹ ਕਾਰ ਦਾ ਨੰਬਰ ਹੈ ਜੀ, ਅਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਹਦੇ ਘਰ ਫੋਨ ਕਰੋ। ਆਹ ਦੇਖੋ ਜੀ, ਅੱਜ ਦੁਪਹਿਰੇ ਵੀ ਅਸੀਂ ਬੇਨਤੀ ਕੀਤੀ ਸੀ ਬਈ ਇੱਥੇ ਹਾਦਸਾ ਵਾਪਰ ਸਕਦਾ, ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂ ਨਹੀਂ ਰਹਿੰਗੀ। ਅਤੇ ਮੈਨੂੰ ਲੱਗਦਾ ਇਹ ਜਿਹੜਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਹੈ ਇਹ ਕਿਸੇ ਨਾ ਕਿਸੇ ਦੀ ਬਲੀ ਲੈ ਕੇ ਮੰਨੇਗਾ। ਇਹ ਫਿਰੋਜ਼ਪੁਰ ਦਾ ਪ੍ਰਸ਼ਾਸਨ ਕਿਸੇ ਦਾ ਪੁੱਤ ਕਿਸੇ ਦੀ ਧੀ ਮਰਵਾ ਕੇ ਹੀ ਮੰਨੇਗਾ ਜੀ। ਭਾਜੀ ਕੀ ਨਾਂ ਤੁਹਾਡਾ? ਪਿੰਟੂ ਨਾ ਪੁੱਛ ਯਾਰ, ਕੌਣ ਹੈ? ਨਾਮ ਕੀ ਹੈ ਬਾਈ ਜੀ? ਹਾਂਜੀ ਦੇਖੋ ਜੀ, ਆਹ ਜੀ ਟੀ ਰੋਡ ਦੇ ਸਾਹਮਣੇ ਡੀ ਸੀ ਦਫ਼ਤਰ ਸਾਹਮਣੇ ਐਕਸੀਡੈਂਟ ਹੋ ਗਿਆ। ਆਹ ਜਿਹਦੇ ਧਰਨਾ ਲੱਗਿਆ ਹੋਇਆ ਸੀ ਉੱਥੇ ਟਰਾਲੀ ਦਾ ਅਤੇ ਕਾਰ ਦਾ ਐਕਸੀਡੈਂਟ ਹੋ ਗਿਆ, ਬੰਦੇ ਦੇ ਖੂਨ ਨਿਕਲ ਰਿਹਾ। ਅਤੇ ਬੇਨਤੀ ਹੈ ਮਹਾਰਾਜ, ਆਹ ਕਾਰ ਦਾ ਨੰਬਰ ਹੈ ਜੀ, ਅਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਹਦੇ ਘਰ ਫੋਨ ਕਰੋ। ਆਹ ਦੇਖੋ ਜੀ, ਅੱਜ ਦੁਪਹਿਰੇ ਵੀ ਅਸੀਂ ਬੇਨਤੀ ਕੀਤੀ ਸੀ ਬਈ ਇੱਥੇ ਹਾਦਸਾ ਵਾਪਰ ਸਕਦਾ, ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂ ਨਹੀਂ ਰਹਿੰਗੀ। ਅਤੇ ਮੈਨੂੰ ਲੱਗਦਾ ਇਹ ਜਿਹੜਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਹੈ ਇਹ ਕਿਸੇ ਨਾ ਕਿਸੇ ਦੀ ਬਲੀ ਲੈ ਕੇ ਮੰਨੇਗਾ। ਇਹ ਫਿਰੋਜ਼ਪੁਰ ਦਾ ਪ੍ਰਸ਼ਾਸਨ ਕਿਸੇ ਦਾ ਪੁੱਤ ਕਿਸੇ ਦੀ ਧੀ ਮਰਵਾ ਕੇ ਹੀ ਮੰਨੇਗਾ ਜੀ। ਭਾਜੀ ਕੀ ਨਾਂ ਤੁਹਾਡਾ? ਪਿੰਟੂ ਨਾ ਪੁੱਛ ਯਾਰ, ਕੌਣ ਹੈ? ਨਾਮ ਕੀ ਹੈ ਬਾਈ ਜੀ? ਹਾਂਜੀ ਬੰਦਾ ਜੀ